ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਪੇਂਡੂ ਰਿਐਕਸ਼ਨ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਿਲੋਮੀਟਰ ਜਿਹੜਾ ਆਰਨੇਤ ਦਾ ਗੀਤ ਆਇਆ ਉਹਦੀ ਗੱਲ ਕਰਾਂਗੇ। ਇਹ ਵੀਡੀਓ ਬਾਈ ਅਸੀਂ ਹੁਣੇ ਹੁਣੇ ਬਣਾ ਰਹੇ ਹਾਂ, ਮਤਲਬ ਕਿ ਵੀ ਵੀਡੀਓ ਹੈ ਜਿਹੜੀ, ਇਹ ਮਿਊਜ਼ਿਕ ਹੈ ਆਪਣਾ, ਸੌਂਗ ਹੈ ਜਿਹੜਾ, ਇਹ 7 ਮਿੰਟ ਪਹਿਲਾਂ ਹੀ ਰਿਲੀਜ਼ ਹੋਇਆ ਤੇ ਆਰਨੇਤ ਬਾਈ ਨੇ ਆਪਦੇ ਹੀ ਚੈਨਲ ਤੇ ਪਾਇਆ। ਤੇ ਫਿਰ ਇਹ ਗਾਣਾ ਸੁਣ ਕੇ ਆਪਾਂ ਫਿਰ ਹੀ ਕੋਈ ਰਿਐਕਸ਼ਨ ਦਿੰਦੇ ਹਾਂ ਹਨਾ, ਵੀ ਆਪਾਂ ਨੂੰ ਕਿਵੇਂ ਲੱਗਿਆ ਗਾਣਾ ਜਾਂ ਕੀ ਘਾਟ ਵਾਦ ਹੈ। ਆ ਜਾਓ ਫਿਰ ਸ਼ੁਰੂ ਕਰਦੇ ਹਾਂ। अभी सुनना बाकी सी मेरे प्यार पतंदर तो, ਕਹਿੰਦੀ ਚੰਡੀਗੜ੍ਹ ਤੇਰਾ ਦੂਰ ਪੈਂਦਾ ਵੇ ਮੇਰੇ ਸ਼ਹਿਰ ਜਲੰਧਰ ਤੋਂ। ਹਾਂਜੀ, ਤੁਰ ਕੇ ਇਸ਼ਕ ਦਿਆਂ ਰਾਹਾਂ ਤੇ, ਤੁਰ ਕੇ ਇਸ਼ਕ ਦਿਆਂ ਰਾਹਾਂ ਤੇ, ਕਾਤੋ ਕਦਮਾਂ ਨੂੰ ਚਿਣਦੀਆਂ ਮੁੰਡਾ ਕਰਕੇ ਦਿਲ ਦੇ ਨੇੜੇ ਕਿਲੋਮੀਟਰ ਕਿਉਂ ਗਿਣਦੀ ਮੁੰਡਾ ਕਰਕੇ ਦਿਲ ਦੇ ਨੇੜੇ ਕਿਲੋਮੀਟਰ ਕਿਉਂ ਗਿਣਦੀਆਂ ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ। ਹਾਏ ਇੰਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ, ਪਤਾ ਲੱਗੇ ਨਹੀਂ ਮਰ ਸੜੀ ਤੇਰੀ ਬੱਟੀਆਂ ਫੈਂਕਦੀ ਆਵੇ। ਇੰਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ, ਪਤਾ ਲੱਗੇ ਨਹੀਂ ਮਰ ਸੜੀ ਤੇਰੀ ਬੱਟੀਆਂ ਫੈਂਕਦੀ ਆਵੇ। ਮੋਟਾ ਮੋਟਾ ਵਰ ਪਤਲੋ, ਮੋਟਾ ਮੋਟਾ ਵਰ ਪਤਲੋ, ਬਾਰੀਕ ਕਿਉਂ ਕਹਿਣਦੀਆਂ ਮੁੰਡਾ ਕਰਕੇ ਦਿਲ ਦੇ ਨੇ ਦੇ ਕੋਈ ਮਾਰ ਨਾ ਜਾਵੇ ਠੱਗੀ, ਸੂਹੇ ਬੁੱਲਾਂ ਤੇ ਹਾਣ ਦੀਏ ਤੇਰੇ ਵਾਈਬ੍ਰੇਟ ਕਿਉਂ ਲੱਗੀ। ਗਲੀ ਗਲੀ ਵਿੱਚ ਠੱਗੀ ਸ਼ਿਕੇ ਦੇ ਕੋਈ ਮਾਰ ਨਾ ਜਾਵੇ ਠੱਗੀ, ਸੂਹੇ ਬੁੱਲਾਂ ਤੇ ਹਾਣ ਦੀਏ ਤੇਰੇ ਵਾਈਬ੍ਰੇਟ ਕਿਉਂ ਲੱਗੀ। ਹੋ ਫਿੱਕਾ ਪੈ ਗਿਆ ਰੰਗ ਗੁਲਾਬੀ, ਹੋ ਫਿੱਕਾ ਪੈ ਗਿਆ ਰੰਗ ਗੁਲਾਬੀ, ਬੁਰਾਈ ਕਈ ਦਿਨ ਦੀਆਂ ਮੁੰਡਾ ਕਰਕੇ ਦਿਲ ਦੇ ਨੇੜੇ ਕਿਲੋਮੀਟਰ ਕਿਉਂ ਗਿਣਦੀਆਂ ਮੁੰਡਾ ਕਰਕੇ ਦਿਲ ਦੇ ਨੇੜੇ ਕਿਲੋਮੀਟਰ ਕਿਉਂ ਗਿਣਦੀਆਂ ਮੁੰਡਾ ਕਰਕੇ ਦਿਲ ਦੇ ਨੇੜੇ ਮੁੰਡਾ ਕਰਕੇ ਦਿਲ ਦੇ ਨੇੜੇ। ਹਾਂ ਮੈਂ ਵੀ ਜਾਣਾ ਵਕਤ ਬੁਰਾਏ, ਦਿਲ ਕਿਉਂ ਤੇਰਾ ਡਰਦਾ, ਬੰਦੇ ਖਾਣਾ ਦੇ ਲੱਕ ਤੇ ਡਿਊਟੀ ਕਰਦਾ। ਹਾਂ ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ, ਬੰਦੇ ਖਾਣਾ ਯਾਰ ਨੇਤ ਦੇ ਲੱਕ ਤੇ ਡਿਊਟੀ ਕਰਦਾ। ਹੋ ਸਿਰੇ ਦਾ ਤੇਰਾ ਯਾਰ ਸ਼ਿਕਾਰੀ, ਹਾਂ ਸਿਰੇ ਦਾ ਤੇਰਾ ਯਾਰ ਸ਼ਿਕਾਰੀ, ਕਾਤੋ ਕਾਲਜੇ ਨੂੰ ਭਿੰਨਦੀਆਂ ਮੁੰਡਾ ਕਰਕੇ ਦਿਲ ਦੇ ਨੇੜੇ ਤੇ ਬਾਈ ਕਿਵੇਂ ਲੱਗਿਆ ਗਾਣਾ ਪਹਿਲਾਂ ਤੁਸੀਂ ਇਹ ਦੱਸਿਓ, ਤੇ ਬਾਕੀ ਯਾਰ ਜਿਹੜਾ ਸਾਨੂੰ ਗਾਣਾ ਲੱਗਿਆ ਉਹ ਠੀਕ ਹੈ, ਵਧੀਆ।
ਘੈਂਟ ਆ ਯਾਰ। ਦੋ ਚੀਜ਼ ਦੋ ਤਿੰਨ ਕੁ ਚੀਜ਼ਾਂ ਮੈਂ ਜਿਹੜੀਆਂ ਨੋਟਿਸ ਕੀਤੀਆਂ ਉਹ ਇਹ ਸੀ ਕਿ ਪਤਾ ਨਹੀਂ ਆਰਨੇ ਦਾ ਜਿਹੜਾ ਡਾਇਟ 'ਤੇ ਚੱਲ ਰਿਹਾ ਹੁਣ ਕਾਫੀ ਫਰਕ ਪੈ ਗਿਆ, ਥੋੜ੍ਹਾ ਸੁੱਕ ਜਿਹਾ ਗਿਆ। ਇੱਕ ਜਿਹੜਾ ਉਹਨੇ ਬਾਈਕ ਯੂਜ਼ ਕੀਤੀ ਹੋਈ ਸੀ ਹਾਰਲੇ, ਉਹਦਾ ਨੰਬਰ ਸੀ PV 65, ਮੋਹਾਲੀ ਦਾ ਉਹ ਮੋਟਰਸਾਈਕਲ ਹੈ। ਅਤੇ ਬਾਕੀ ਦੂਜੀ ਗੱਲ ਬਾਈ, ਜਿਵੇਂ ਕਿ ਕਹਿ ਲਓ ਕਿ ਇਹਦੀ ਜਿਹੜੀ ਪ੍ਰੋਡਕਸ਼ਨ ਵਗੈਰਾ ਹੈ ਨਾ, ਪ੍ਰੋਡਕਸ਼ਨ ਕਰੀ ਹੋਈ ਹੈ, ਸੋਹਣੀ ਹੈ, ਨੋਰਮਲ ਹੈ। ਕੋਈ ਕਹਿ ਲਓ ਕਿ ਖਰਚਾ ਤਾਂ ਦੇਖੋ ਹੁੰਦਾ ਹੀ ਹੈ ਪ੍ਰੋਡਕਸ਼ਨ 'ਤੇ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਯਾਰ ਇਹਨਾਂ ਨੇ ਵੀ ਬਹੁਤ ਜ਼ਿਆਦਾ ਖਰਚਾ ਕਰਿਆ ਹੋਣਾ ਸਾਡੇ ਅਕੋਰਡਿੰਗ। ਦੇਖੋ ਬਾਕੀ ਨਹੀਂ ਪਤਾ, ਜਿਹੜੀ ਲੋਕੇਸ਼ਨ ਸੀ ਉਹ ਲੋਕਲੀ ਲੱਗੀ ਸਾਨੂੰ, ਹੈ ਨਾ, ਲੋਕਲੀ ਲੋਕੇਸ਼ਨ ਹੈ। ਅਤੇ ਬਾਕੀ ਜਿਹੜੀ ਕਹਿ ਲਓ ਕਿ ਨਾ ਮੂਵੀਆਂ ਦੀ ਜਿਹੜੀ ਪ੍ਰੋਡਕਸ਼ਨ ਹੈ ਹੁੰਦੀ ਹੈ, ਇਹ ਤਾਂ ਖਰਚਾ ਤਾਂ ਆਉਂਦਾ ਹੀ ਹੁੰਦਾ। ਅਤੇ ਬਾਕੀ ਜਿਵੇਂ ਕਿ ਕਹਿ ਲਓ ਇਹਦੀ ਆਪਾਂ ਜੇ ਹੁਣ ਆਪਾਂ ਸਟੋਰੀ ਦੀ ਡਿਸਕਸ਼ਨ ਕਰੀਏ ਤਾਂ ਸਟੋਰੀ ਹੈ ਜਿਹੜੀ ਕਿ ਉਹ ਇੱਕ ਕੁੜੀ ਨੂੰ ਕਹਿ ਰਿਹਾ ਹੈ, ਮੁੰਡੇ ਦਾ ਜਨਮ ਦਿਨ ਹੁੰਦਾ ਹੈ ਅਤੇ ਕੁੜੀ ਕਹਿੰਦੇ ਮੈਂ ਆ ਨਹੀਂ ਸਕਦੀ, ਉਹਨਾਂ ਤੋਂ ਮੈਨੂੰ ਦੂਰ ਪੈਂਦਾ ਕਿਲੋਮੀਟਰਾਂ ਦੀ। ਉਹ ਕਹਿੰਦਾ ਫਿਰ ਤੂੰ ਹੁਣ ਕਿਲੋਮੀਟਰ ਗਿਣਨ ਲੱਗ ਗਈ, ਮੈਡਮ ਪਿਆਰ ਦੇ ਵਿੱਚ ਐਂ ਨਹੀਂ ਚੱਲਦਾ ਵੀ ਚੱਲ ਤੂੰ ਕਹਿੰਦਾ ਜੇ ਤੂੰ ਨਹੀਂ ਆ ਸਕਦੀ ਤਾਂ ਮੈਂ ਹੀ ਆ ਜਾਣਾ ਫਿਰ ਤੇਰੇ ਕੋਲੇ। ਅਤੇ ਬਸ ਇਸੇ ਗਾਣੇ ਵਿੱਚ ਚੱਲਦੇ ਨੇ, ਫਿਰ ਇੱਧਰੋਂ ਵਰਡਿੰਗ ਚੱਲੀ ਜਾਂਦੀ ਹੈ ਗੀਤ ਦੀ, ਇੱਧਰੋਂ ਮੋਸ਼ਨ ਆਉਂਦੇ ਨੇ। ਐਡੀਟਿੰਗ ਬਹੁਤ ਸੋਹਣੀ ਹੋਈ ਹੋਈ ਹੈ ਨਾ, ਕੁਛ ਜਿਹੜੇ ਫੈਕਟ ਸੀ ਉਹ ਨਵੇਂ ਐਡ ਕੀਤੇ ਨੇ। ਅਤੇ ਬਾਕੀ ਬਾਈ ਦੱਸਣਗੇ, ਬਾਕੀ ਯਾਰ ਬਾਕੀ ਮਤਲਬ ਕਿ ਵੀ ਜ਼ਿਆਦਾ ਕੁਛ ਇਹਦੇ ਵਿੱਚ ਆਪਾਂ ਕਹਿ ਲਓ ਕਿ ਜ਼ਿਆਦਾ ਕੁਛ ਗਾਣੇ 'ਚ ਦੱਸਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜੋ ਵੀ ਕੁਛ ਹੈ ਮਤਲਬ ਕਿ ਸਿੰਪਲ ਜਿਹਾ ਗਾਣਾ, ਸਿੰਪਲ ਸਾਰਾ ਕੁਛ ਹੈ, ਮਤਲਬ ਕਿ ਸਿੰਪਲ ਸਿੰਪਲ ਜਿਹੀ ਚੀਜ਼ ਰੱਖੀ ਹੈ। ਜਿਵੇਂ ਕਿ ਇਹਦਾ ਜਿਹੜਾ ਗਾਣਾ ਇਹ ਇੱਕ ਸਲੋ ਮੋਸ਼ਨ ਦੇ ਤੌਰ 'ਤੇ ਹੈ ਤਾਂ ਵੀਡੀਓ ਵੀ ਉਵੇਂ ਹੈ, ਤਾਂ ਕਹਿ ਲਓ ਕਿ ਆਪਾਂ ਇਹਦੇ ਵਿੱਚ ਕੁਛ ਜ਼ਿਆਦਾ ਇਹਦੇ ਵਿੱਚ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ। ਸੋ ਗਾਣਾ ਵਧੀਆ ਸੀ, ਠੀਕ ਸੀ, ਨੋਰਮਲ ਸੀ। ਅਤੇ ਜੇ ਤੁਹਾਨੂੰ ਵੀ ਵਧੀਆ ਲੱਗਿਆ ਤਾਂ ਪਲੀਜ਼ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ। ਇੱਕ ਗੱਲ ਇਹ ਹੈ ਕਿ ਇਹਨਾਂ ਨੇ ਆਪਦੇ ਹੀ ਚੈਨਲ 'ਤੇ ਜਿਹੜਾ ਇਹ ਗੀਤ ਪਾਇਆ। ਅਤੇ ਜੇ ਹੁਣ ਆਪਾਂ ਕੁਛ ਗੱਲ ਕਰੀਏ ਟੈਕਨੀਕਲ ਚੀਜ਼ਾਂ ਦੀ, ਅਤੇ ਜਿਹੜੇ ਵਿਊਜ਼ ਨੇ ਉਹ ਹੋ ਚੁੱਕੇ ਨੇ 10,322 ਸਿਰਫ 10 ਮਿੰਟਾਂ ਦੇ ਵਿੱਚ, ਹੈ ਨਾ। ਅਤੇ ਜਿਹੜੇ ਲਾਈਕ ਨੇ ਉਹ 10,000 ਹੀ ਲਾਈਕ ਆ ਚੁੱਕੇ ਨੇ। ਅਤੇ ਕਮੈਂਟ ਵੀ ਆ ਗਿਆ ਬਾਈ, 1200 ਕਮੈਂਟ ਆ ਗਏ ਚੁੱਕੇ ਆ। ਅਤੇ ਫਿਰ ਕਿਵੇਂ ਲੱਗੀ ਤੁਹਾਨੂੰ ਵੀਡੀਓ? ਅਤੇ ਜੇ ਵਧੀਆ ਲੱਗੀ ਬਾਈ ਤਾਂ ਪੇਂਡੂ ਰਿਐਕਸ਼ਨ ਚੈਨਲ ਨੂੰ ਸਬਸਕ੍ਰਾਈਬ ਕਰਨਾ, ਇਹ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ। ਸੋ ਅਸੀਂ ਜ਼ਿਆਦਾ ਕੁਛ ਇਹਦੇ ਵਿੱਚ ਐਕਸਪਲੇਨ ਨਹੀਂ ਕਰ ਸਕਦੇ ਯਾਰ, ਕਿਉਂਕਿ ਵੀਡੀਓ 'ਚ ਜ਼ਿਆਦਾ ਕੁਛ ਆਪਾਂ ਕਹਿ ਸਕਦੇ ਹਾਂ ਕਿ ਕੁਛ ਦਿਖਾਇਆ ਵੀ ਹੈਗਾ, ਪਰ ਯਾਰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ, ਲੋੜ ਨਹੀਂ। ਸੋ ਵਧੀਆ ਸੀ ਸਟੋਰੀ, ਬਹੁਤ ਵਧੀਆ ਸੀ। ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ, ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਪੇਂਡੂ ਰਿਐਕਸ਼ਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਦੇ ਰਹੋ ਕਰੋ ਨਾ ਵੀ ਜਿੱਦਾਂ ਦੀ ਕੋਈ ਗੱਲਬਾਤ ਹੁੰਦੀ ਆ, ਤਾਂ ਜੋ ਕਿ ਅਸੀਂ ਉਹ ਚੀਜ਼ਾਂ ਨੂੰ ਧਿਆਨ 'ਚ ਰੱਖ ਸਕੀਏ। ਥੈਂਕ ਯੂ, ਧੰਨਵਾਦ।